UBL Classes, Education with Equality. Welcome to Pavyal Classes. Today, ਆਪਾਂ ਕੀ ਹੈ ਸਪੀਡ ਡਿਸਟੈਂਸ ਐਂਡ ਟਾਈਮ ਦਾ ਕਲਾਸ 4 ਕਰਾਂਗੇ। ਆਪਾਂ ਆਲਰੇਡੀ ਇਹਦੇ 3 ਸੈਸ਼ਨਸ ਕਰ ਚੁੱਕੇ ਹਾਂ, ਜਿਹਦੇ ਵਿੱਚ ਆਪਾਂ ਮਲਟੀਪਲ ਟਾਈਪਸ ਦੇ ਸਮ ਦੇਖੇ, ਅਤੇ ਅੱਜ ਆਪਾਂ ਕੀ ਆ ਫੋਰਵਰਡ ਕਰਨਾ ਆ, ਅਤੇ ਦੇਖਾਂਗੇ ਕਿ ਕਿਸ ਤਰ੍ਹਾਂ ਦੇ ਕੀ ਆ ਸਮ ਪੁੱਛੇ ਜਾਂਦੇ ਆ, ਹੋਰ ਕਿਹੜੀਆਂ ਕਿਹੜੀਆਂ ਟਾਈਪਸ ਆ। ਉਹਦੇ ਵਿੱਚੋਂ ਜਿਹੜੀ ਅਗਲੀ ਟਾਈਪ 'ਤੇ ਆਪਾਂ ਮੂਵ ਕਰਨਾ ਉਹ ਹੈਗਾ ਐਵਰੇਜ ਸਪੀਡ। ਐਵਰੇਜ ਸਪੀਡ ਕੀ ਆ, ਇੱਕ ਇੰਪੋਰਟੈਂਟ ਟਾਈਪ ਆ, ਇਹਦੇ ਵਿੱਚੋਂ ਬਹੁਤ ਸਮ ਬਣ ਜਾਂਦੇ ਆ, ਠੀਕ ਆ। ਕੁਝ ਕੁ ਇਹਦੇ ਟਾਈਪਸ ਹੁੰਦੀਆਂ ਐਵਰੇਜ ਸਮ ਦੇ ਵਿੱਚ ਵੀ ਫਰਦਰ ਕਿ ਕਿਸ ਤਰ੍ਹਾਂ ਕੀ ਆਪਾਂ ਸੋਲਵ ਕਰ ਸਕਦੇ। ਹੁਣ ਐਵਰੇਜ ਸਪੀਡ ਆ, ਐਵਰੇਜ ਸਪੀਡ ਨੂੰ ਜੇਕਰ ਤਾਂ ਆਪਾਂ ਫਸਟ ਫਾਰਮੂਲਾ ਦੇਖੀਏ, ਐਵਰੇਜ ਸਪੀਡ ਹੁੰਦੀ ਕੀ ਆ। ਐਵਰੇਜ ਦਾ ਮਤਲਬ ਹੀ ਪਹਿਲਾਂ ਇਹ ਹੁੰਦਾ ਇੱਕ ਤਰ੍ਹਾਂ ਨਾਲ ਕਿ ਆਪਾਂ ਮੀਨ ਕੱਢਣਾ। ਸਪੋਜ਼ ਮਤਲਬ ਇੱਕ ਤਰ੍ਹਾਂ ਨਾਲ ਆਪਾਂ, ਜੇਕਰ ਆਪਾਂ ਨੂੰ ਕਹਿ ਦਿੱਤਾ ਜਾਵੇ ਕਿ ਕਿਸੇ ਕਲਾਸ ਦੇ ਵਿੱਚ ਬੱਚਿਆਂ ਦੇ ਕੀ ਆ ਮਾਰਕਸ ਆਏ ਆ, ਕਿਸੇ ਦੇ 5 ਆਏ ਆ, ਫਿਰ 10 ਆਏ ਆ ਕਿਸੇ ਦੇ 15 ਆਏ ਆ, ਅਤੇ 20 ਆਏ ਆ, ਮਤਲਬ 4 ਸਟੂਡੈਂਟਸ ਸੀ, ਇਹਨਾਂ ਦੇ ਇੰਨੇ ਨੰਬਰ ਆਏ, ਅਤੇ ਇਹਨਾਂ ਦੇ ਨੰਬਰਾਂ ਦੀ ਐਵਰੇਜ ਕੀ ਆ ਇਹ ਆਪਾਂ ਨੂੰ ਕੱਢਣ ਨੂੰ ਕਹਿ ਦੇਣ। ਦੇਅਰਫੋਰ ਉਦੋਂ ਆਪਾਂ ਕੀ ਕਰਦੇ ਹੁੰਦੇ, ਐਵਰੇਜ ਕੱਢਣ ਦੇ ਲਈ ਆਪਾਂ ਸਾਰਿਆਂ ਨੂੰ ਜੋੜ ਦਿੰਦੇ ਹੁੰਦੇ, ਜਿੱਦਾਂ 5 ਜਮ੍ਹਾਂ 10 15, 15 ਜਮ੍ਹਾਂ 15 30, ਅਤੇ 30 ਜਮ੍ਹਾਂ 20 50, ਫਿਰ ਟੋਟਲ ਆਪਾਂ ਕੋਲ 50 ਆ ਜਾਂਦਾ ਹੁੰਦਾ, ਅਤੇ ਇਹਨੂੰ ਡਿਵਾਈਡ ਕਰ ਦਿੰਦੇ ਹੁੰਦੇ ਜਿੰਨੀਆਂ ਇਹ ਮਤਲਬ ਜਿੰਨੇ ਨੰਬਰ ਸੀ, 1 2 3 ਅਤੇ 4 ਸੀ, 50 ਨੂੰ 4 ਦੇ ਨਾਲ ਡਿਵਾਈਡ ਕਰ ਦਿੰਦੇ। ਹੁਣ ਜਦੋਂ 50 ਨੂੰ 4 ਦੇ ਨਾਲ ਡਿਵਾਈਡ ਕਰਾਂਗੇ, ਜੋ ਆਂਸਰ ਆਊਗਾ ਉਹ ਆਪਣੀ ਕੀ ਹੈ ਐਵਰੇਜ ਹੁੰਦੀ। ਇਸ ਤਰ੍ਹਾਂ ਆਪਾਂ ਕੀ ਹੈ ਐਵਰੇਜ ਕੱਢਦੇ ਸੀ। ਬਟ ਜੇਕਰ ਸਪੀਡ ਡਿਸਟੈਂਸ ਐਂਡ ਟਾਈਮ ਦੀ ਗੱਲ ਕਰੀਏ, ਕਿਉਂਕਿ ਇੱਥੇ ਆਪਾਂ ਕੋਲ ਹੁੰਦਾ ਕੀ ਹੈ ਫਾਰਮੂਲਾ, ਸਪੀਡ ਇਜ਼ ਇਕੁਅਲ ਟੂ ਡਿਸਟੈਂਸ ਓਵਰ ਟਾਈਮ। ਦੇਅਰਫੋਰ ਇੱਥੇ ਆਪਣਾ ਜਿਹੜਾ ਇਹਦੀ ਐਵਰੇਜ ਸਪੀਡ ਦਾ ਫਾਰਮੂਲਾ ਬਣ ਜਾਣਾ, ਐਵਰੇਜ ਸਪੀਡ ਦਾ ਉਹ ਬਣ ਜਾਣਾ ਟੋਟਲ ਡਿਸਟੈਂਸ ਓਵਰ ਟੋਟਲ ਟਾਈਮ, ਠੀਕ ਆ। ਮਤਲਬ ਕੀ ਆ, ਚਾਹੇ ਉਹ ਕਹਿ ਦੇਣ ਕਿ ਇਹਨੂੰ ਇਹ ਇੰਨੀ ਸਪੀਡ ਨਾਲ ਇੱਥੇ ਗਿਆ ਅਤੇ ਇੰਨੇ ਕਿਲੋਮੀਟਰ ਗਿਆ, ਠੀਕ ਆ, ਉਹ ਸਾਰਿਆਂ ਦਾ ਆਪਾਂ ਡਿਸਟੈਂਸ ਜੋੜ ਦੇਣਾ ਅਤੇ ਆਪਾਂ ਕੀ ਹੈ ਟਾਈਮ ਨੂੰ ਜੋੜ ਦੇਣਾ। ਇਹ ਆਪਾਂ ਅੱਗੇ ਸਮ ਦੇਖਾਂਗੇ, ਫਿਰ ਆਪਾਂ ਨੂੰ ਕੀ ਹੈ ਈਜ਼ੀਲੀ ਕਲੈਰੀਫਾਈ ਹੋਣਾ। ਹੁਣ ਦੋ ਤਰ੍ਹਾਂ ਦੇ ਨਾਲ ਐਵਰੇਜ ਸਪੀਡ ਕੱਢੀ ਹੋਰ ਜਾ ਸਕਦੀ, ਦੋ ਫਾਰਮੂਲੇ ਹੁੰਦੇ ਆ, ਜਦੋਂ ਪਹਿਲਾਂ ਤਾਂ ਡਿਸਟੈਂਸ ਕੋਂਸਟੈਂਟ ਹੋਵੇ ਅਤੇ ਦੂਜਾ ਟਾਈਮ ਕੋਂਸਟੈਂਟ ਹੋਵੇ। ਹੁਣ ਜਦੋਂ ਡਿਸਟੈਂਸ ਕੋਂਸਟੈਂਟ ਹੁੰਦਾ ਉਦੋਂ ਜਿਹੜਾ ਐਵਰੇਜ ਸਪੀਡ ਦਾ ਫਾਰਮੂਲਾ ਕੀ ਹੁੰਦਾ ਆ, ਜੇਕਰ ਮੈਨੂੰ ਲਿਖਾਂ ਸਪੀਡ ਐਵਰੇਜ ਇਜ਼ ਇਕੁਅਲ ਟੂ, ਉਹ ਹੁੰਦਾ ਆ 2xy, ਠੀਕ ਆ, ਵੇਅਰ ਐਕਸ ਅਤੇ ਵਾਈ ਆਪਣੀਆਂ ਸਪੀਡਸ ਹੋਗੀਆਂ, ਓਵਰ ਐਕਸ ਪਲੱਸ ਵਾਈ, ਠੀਕ ਹੈ। ਇਹ ਜਦੋਂ ਹੁੰਦਾ ਹੈ ਡਿਸਟੈਂਸ ਕੋਂਸਟੈਂਟ, ਵੇਅਰ ਐਸ ਜਦੋਂ ਸਪੀਡ ਜਦੋਂ ਟਾਈਮ ਕੋਂਸਟੈਂਟ ਹੋਊਗਾ ਉਦੋਂ ਨੋਰਮਲ ਕੀ ਆ ਦੋਨਾਂ ਸਪੀਡਸ ਨੂੰ ਐਡ ਕਰਕੇ ਕੀ ਆ ਨੀਚੇ 2 ਦੇ ਨਾਲ ਡਿਵਾਈਡ ਦੇ ਦੇਣਾ। ਇਸ ਤਰ੍ਹਾਂ ਆਪਾਂ ਕੀ ਆ ਐਵਰੇਜ ਕੱਢਾਂਗੇ। ਹੁਣ ਆਪਾਂ ਸਮ ਦੇਖਦੇ ਹਾਂ, ਇਹਦੇ ਫਸਟ ਸਮ ਕੀ ਕਹਿੰਦਾ, ਇਹ ਕਾਰ ਕਵਰਸ ਅ ਸਰਟਨ ਡਿਸਟੈਂਸ ਟਰੈਵਲਿੰਗ ਐਟ ਅ ਸਪੀਡ ਆਫ 60 ਕਿਲੋਮੀਟਰ ਪਰ ਆਰ ਐਂਡ ਰਿਟਰਨ ਟੂ ਦਾ ਸਟਾਰਟਿੰਗ ਪੁਆਇੰਟ ਐਟ ਸੇਮ ਸਪੀਡ ਐਟ ਦਾ ਸਪੀਡ ਆਫ 40 ਕਿਲੋਮੀਟਰ ਪਰ ਆਰ ਦਾ ਐਵਰੇਜ ਸਪੀਡ ਆਫ ਕਾਰ ਫੋਰ ਦਾ ਇੰਟਾਇਰ ਜਰਨੀ ਇਜ਼। ਹੁਣ ਮਤਲਬ ਸਪੋਜ਼ ਕਰੋ ਆਪਾਂ ਇੱਥੇ ਸੀਗੇ, ਇੱਥੋਂ ਇੱਥੇ ਤੱਕ ਗਏ, ਆਪਾਂ ਉਹ ਕਹਿੰਦੇ ਕਿ ਜਦੋਂ ਆਪਾਂ ਇਹ ਵਾਲਾ ਡਿਸਟੈਂਸ ਟਰੈਵਲ ਕੀਤਾ, ਆਪਾਂ ਪਹਿਲਾਂ ਕੀਤਾ 60 ਕਿਲੋਮੀਟਰ ਪਰ ਆਰ ਦੀ ਸਪੀਡ ਦੇ ਨਾਲ,
ਠੀਕ ਆ 60 ਕਿਲੋਮੀਟਰ ਪਰ ਆਰ ਦੀ ਸਪੀਡ ਦੇ ਨਾਲ ਡਿਸਟੈਂਸ ਟਰੈਵਲ ਕੀਤਾ। ਫਿਰ ਆਪਾਂ ਇਸੇ ਤੋਂ ਹੀ ਕੀ ਆ ਵਾਪਸ ਆਏ ਇੱਧਰ ਨੂੰ ਵਿਦ ਦਾ ਸਪੀਡ ਆਫ ਕਿੰਨੀ ਕਿਹਾ ਸਪੀਡ 40 ਕਿਲੋਮੀਟਰ ਪਰ ਆਰ 40 ਕਿਲੋਮੀਟਰ ਪਰ ਆਰ ਦੀ ਸਪੀਡ ਦੇ ਨਾਲ ਹੀ ਕੀ ਆਪਾਂ ਵਾਪਸ ਆ ਜਾਂਦੇ। ਦੇਅਰ ਫੋਰ ਉਹ ਕਹਿੰਦੇ ਇਸ ਚੀਜ਼ ਦੀ ਐਵਰੇਜ ਫਾਇੰਡ ਕਰੋ। ਹੁਣ ਜੇਕਰ ਦੇਖੋ ਇੱਥੇ ਆਪਾਂ ਕੋਈ ਸਪੀਡ ਦਿੱਤੀ ਹੈ, ਮੈਂ ਪੱਲੀ ਨੂੰ ਮੰਨ ਲੈਂਦਾ ਐਕਸ, ਨੀਚਲੇ ਨੂੰ ਮੰਨ ਲੈਂਦਾ ਵਾਈ। ਹੁਣ ਡਿਸਾਈਡ ਕਿੱਦਾਂ ਕਰਨਾ ਕਿ ਇੱਥੇ ਕੀ ਆ ਡਿਸਟੈਂਸ ਕੋਂਸਟੈਂਟ ਆ ਜਾਂ ਐਵਰੇਜ ਕੋਂਸਟੈਂਟ, ਇਹ ਚੀਜ਼ ਦੇਖਣੀ। ਹੁਣ ਦੇਖੋ ਮੈਂ ਇੱਕ ਪੁਆਇੰਟ ਤੋਂ ਪਹਿਲਾਂ ਕਿਸੇ ਪੁਆਇੰਟ 'ਤੇ ਗਿਆ ਇੱਕ ਸਪੀਡ ਦੇ ਨਾਲ, ਫਿਰ ਉਸੇ ਪੁਆਇੰਟ ਤੋਂ ਜਿੱਥੋਂ ਗਿਆ ਸੀ ਉੱਥੇ ਵਾਪਸ ਆਇਆ, ਇਹ 'ਚ ਡਿਸਟੈਂਸ ਚੇਂਜ ਨਹੀਂ ਨਾ ਹੋਇਆ। ਡਿਸਟੈਂਸ ਕੀ ਹੈ ਇੱਥੇ? ਕੋਂਸਟੈਂਟ ਰਿਹਾ, ਡਿਸਟੈਂਸ ਕੋਂਸਟੈਂਟ ਰਿਹਾ। ਦੇਅਰ ਫੋਰ ਮੈਂ ਕੀ ਕਰੂੰਗਾ, ਮੈਂ ਇੱਥੇ ਫਾਰਮੂਲਾ ਇਹ ਲਾ ਦੂੰਗਾ ਨਾ, ਜਦੋਂ ਡਿਸਟੈਂਸ ਕੋਂਸਟੈਂਟ ਹੋਊਗਾ ਦੇਅਰ ਫੋਰ ਮੇਰੀ ਐਵਰੇਜ ਸਪੀਡ ਕੀ ਹੋ ਜੂਗੀ, ਐਵਰੇਜ ਜਿਹੜੀ ਸਪੀਡ ਆ ਉਹ ਹੋ ਜੂਗੀ 2xy ਓਵਰ x ਪਲੱਸ ਵਾਈ, ਇਹੀ ਹੋ ਜੂਗੀ। ਦੇਅਰ ਫੋਰ ਟੂ, ਇੱਕ ਮੇਰੀ x ਦੀ ਵੈਲਿਊ ਹੈਗੀ 60 ਅਤੇ ਦੂਜੀ ਹੈਗੀ ਆ 40, ਠੀਕ ਆ। ਅਤੇ ਨੀਚੇ ਕੀ ਇਹਨਾਂ ਦਾ ਸਮ ਆ ਜਾਣਾ, ਮਤਲਬ 60 ਪਲੱਸ 40। ਜੇਕਰ ਇੱਥੇ ਦੇਖੋ ਇੱਕ 60 ਸੀ ਇੱਕ 40 ਸੀ, ਡਿਸਟੈਂਸ ਕੋਂਸਟੈਂਟ ਸੀ, ਦੇਅਰ ਫੋਰ ਉਹਲਾ ਫਾਰਮੂਲਾ ਲਾਇਆ। ਇਹਦੀ ਕੈਲਕੂਲੇਸ਼ਨ ਫਰਦਰ ਕਰਦੇ ਹਾਂ ਇੱਧਰ, 40 ਨਹੀਂ ਇੱਥੇ ਹੈਗਾ 40, ਠੀਕ ਹੈ। ਨੀਚੇ ਆ ਜਾਣਾ 100, ਉੱਪਰ ਆ ਜਾਣਾ 2 ਇੰਟੂ 60 ਇੰਟੂ 40, ਨੀਚੇ ਆ ਗਿਆ 100, ਇੱਕ ਜ਼ੀਰੋ ਨਾਲ ਇੱਕ ਜ਼ੀਰੋ ਕੈਂਸਲ ਆਊਟ ਅਤੇ ਦੂਜੀ ਦੇ ਨਾਲ ਦੂਜੀ, ਅਤੇ ਉੱਪਰ ਕੀ ਬਚਿਆ, ਨੀਚੇ ਤਾਂ ਬੰਨੇ ਬਚਿਆ 6 2 12 ਐਂਡ 12 4, ਜਾਂ 12 4 ਆਰ 48। ਦੇਅਰਫੋਰ ਇਹ ਐਵਰੇਜ ਸਪੀਡ ਕਿੰਨੀ ਆ ਗਈ ਆਪਾਂ ਕੋ 48 ਕਿਲੋਮੀਟਰ ਪਰ ਆਰ, ਠੀਕ ਆ। ਇਸ ਤਰ੍ਹਾਂ ਦੇ ਨਾਲ ਆਪਾਂ ਕੈਲਕੂਲੇਟ ਕਰ ਸਕਦੇ। ਨੈਕਸਟ, ਰਾਮ ਟਰੈਵਲਡ ਐਟ 60 ਕਿਲੋਮੀਟਰ ਪਰ ਆਰ ਵਾਇਲ ਗੋਇੰਗ ਫਰੋਮ ਪੁਆਇੰਟ ਏ ਟੂ ਬੀ ਐਂਡ ਰਿਟਰਨਡ ਵੀਆ ਦਾ ਸੇਮ ਰੂਟ ਐਟ ਅ ਡਿਫਰੈਂਟ ਸਪੀਡ। ਹੁਣ ਦੇਖੋ ਕਹਿੰਦੇ ਰਾਮ ਆ ਉਹ ਇੱਕ ਪੁਆਇੰਟ ਤੋਂ ਉਹਨੇ ਦੂਜੇ ਪੁਆਇੰਟ 'ਤੇ ਟਰੈਵਲ ਕੀਤਾ, ਠੀਕ ਆ, ਵਿਦ ਦਾ ਸਪੀਡ ਆਫ 60 ਕਿਲੋਮੀਟਰ ਪਰ ਆਰ, 60 ਕਿਲੋਮੀਟਰ ਪਰ ਆਰ ਦੀ ਸਪੀਡ ਦੇ ਨਾਲ ਉਹਨੇ ਟਰੈਵਲ ਕੀਤਾ, ਠੀਕ ਆ, ਏ ਤੋਂ ਬੀ ਉਹਨਾਂ ਨੇ ਇਹ ਲੋਕੇਸ਼ਨ ਦੱਸਤੀ। ਅਤੇ ਉਹ ਕਹਿੰਦੇ ਕਿ ਸੇਮ ਰੂਟ 'ਤੇ ਉਹ ਵਾਪਸ ਆਇਆ, ਰਿਟਰਨ ਵੀਆ ਦਾ ਸੇਮ ਰੂਟ ਐਟ ਡਿਫਰੈਂਟ ਸਪੀਡ। ਆਲੀ ਸਪੀਡ ਨਹੀਂ ਆਪਾਂ ਨੂੰ ਪਤਾ ਇਹ ਕਿਹੜੀ ਸਪੀਡ ਦੇ ਉੱਤੇ ਟਰੈਵਲ ਕਰਕੇ ਆ। ਮੰਨ ਲਓ ਆਪਾਂ ਮੰਨ ਲਿਆ ਕਿ 22 ਕਿਲੋਮੀਟਰ ਪਰ ਆਰ ਦੀ ਸਪੀਡ 'ਤੇ ਕੀ ਉਹ ਵਾਪਸ ਆਇਆ। ਇਫ ਰਾਮਸ ਓਵਰਆਲ ਐਵਰੇਜ ਸਪੀਡ ਡਿਊਰਿੰਗ ਦਾ ਹੋਲ ਜਰਨੀ, ਹੋਲ ਟੂ ਵੇ ਜਰਨੀ ਇਜ਼ 48 ਕਿਲੋਮੀਟਰ। ਇੱਥੇ ਆਪਾਂ ਨੂੰ ਕੀ ਆ, ਪਿਛਲੇ ਸਮ 'ਚ ਜਿੱਦਾਂ ਆਪਾਂ ਨੂੰ ਐਵਰੇਜ ਸਪੀਡ ਕੱਢਣ ਨੂੰ ਕਿਹਾ ਸੀ, ਬਟ ਇੱਥੇ ਕੀ ਉਹਨਾਂ ਨੇ ਆਪਾਂ ਨੂੰ ਆਹ ਵਾਲੀ ਇੱਕ ਰਿਟਰਨਿੰਗ ਸਪੀਡ ਨਹੀਂ ਦਿੱਤੀ, ਉਹਨਾਂ ਨੇ ਇਹਦੀ ਜਗ੍ਹਾ ਆਪਾਂ ਨੂੰ ਕੀ ਆ ਐਵਰੇਜ ਸਪੀਡ ਹੀ ਦੇ ਦਿੱਤੀ ਆ, ਜਿਹੜੀ ਕਿੰਨੀ ਦਿੱਤੀ ਆ 48 ਕਿਲੋਮੀਟਰ ਪਰ ਆਰ, ਠੀਕ ਆ। ਅਤੇ ਵਟ ਵਾਜ ਦਾ ਸਪੀਡ ਵਾਈਲ ਟਰੈਵਲਿੰਗ ਫਰੋਮ ਪੁਆਇੰਟ ਬੀ ਟੂ ਏ, ਉਹੀ ਚੀਜ਼ ਬੀ ਤੋਂ ਏ ਤੱਕ ਵਾਪਸ ਆਉਣ ਦੇ ਲਈ ਜਿਹੜੀ ਸਪੀਡ ਲੱਗੀ ਉਹ ਕੈਲਕੂਲੇਟ ਕਰਨੀ, ਮਤਲਬ ਵਾਈ ਦੀ ਵੈਲਿਊ। ਹੁਣ ਇੱਥੇ ਵੀ ਦੇਖੋ ਏ ਤੋਂ ਬੀ ਗਏ, ਬੀ ਤੋਂ ਏ ਵਾਪਸ ਆਉਣਾ, ਮਤਲਬ ਡਿਸਟੈਂਸ ਕੋਂਸਟੈਂਟ ਆ, ਡਿਸਟੈਂਸ ਦੇ ਵਿੱਚ ਕੋਈ ਚੇਂਜ ਨਹੀਂ ਆ ਰਿਹਾ। ਦੇਅਰਫੋਰ ਆਪਾਂ ਕਿਹੜਾ ਫਾਰਮੂਲਾ ਲਾਵਾਂਗੇ, ਕਿਹੜਾ ਐਵਰੇਜ ਸਪੀਡ ਦਾ ਫਾਰਮੂਲਾ ਲਾਵਾਂਗੇ, ਉਹ ਲਾਵਾਂਗੇ ਆਪਾਂ 2xy ਓਵਰ
ਐਕਸ ਪਲੱਸ ਵਾਈ, ਠੀਕ ਹੈ, ਇਹ ਫੋਰਮੂਲਾ ਯੂਜ ਕਰਾਂ। ਹੁਣ ਇੱਥੇ ਮੇਰੇ ਤੋਂ ਐਵਰੇਜ ਸਪੀਡ ਗਿਵਨ ਆ, ਇੱਥੇ ਮੈਂ ਸਬਸਟੀਟਿਊਟ ਕਰ ਦੇਣੀ ਆ ਵੈਲਿਊਜ਼, 48 ਟੂ ਐਕਸ ਦੀ ਵੈਲਿਊ ਕਿੰਨੀ ਹੈ, ਮੇਰੇ ਤੋਂ ਐਕਸ ਸਪੀਡ ਦਿੱਤੀ ਉਹਨਾਂ ਨੇ 60 ਅਤੇ ਦੂਜੀ ਮੈਨੂੰ ਪਤਾ ਨਹੀਂ, ਦੇਰਫੋਰ ਮੈਂ ਇਹਨੂੰ ਵਾਈ ਹੀ ਰਹਿਣ ਦੂੰਗਾ ਓਵਰ ਦੇ ਵਿੱਚ 60 ਪਲੱਸ ਵਾਈ। ਹੁਣ ਮੈਂ ਸੋਲਵ ਕਰੂੰਗਾ ਆਹ ਵਾਲੀ ਸਾਰੀ ਬ੍ਰੈਕਟ ਜਿਹੜੀ ਹੈ ਇਹ ਇੱਧਰ ਆ ਕੇ ਕੀ ਆ ਮਲਟੀਪਲਾਈ ਹੋ ਜੂਗੀ 48 ਦੇ ਨਾਲ। ਇੱਥੇ ਕੀ ਆਉਣਾ 48 ਅਤੇ ਮਲਟੀਪਲਾਈ ਇੰਨਾ ਹੋ ਗਿਆ 60 ਪਲੱਸ ਵਾਈ ਇਜ਼ ਇਕੁਅਲ ਟੂ 260 ਆਰ 120, ਦੇਰਫੋਰ 120 ਵਾਈ ਇੱਧਰ ਕੀ ਆ ਬਚ ਗਿਆ। ਹੁਣ ਨੈਕਸਟ ਆਪਾਂ ਇਸ ਚੀਜ਼ ਨੂੰ ਕੀ ਆ ਸੋਲਵ ਕਰਦੇ ਹਾਂ ਅਤੇ ਵਾਈ ਦੀ ਵੈਲਿਊ ਕੱਢਦੇ ਹਾਂ, ਉਹੀ ਆਪਣਾ ਕੀ ਆਨਸਰ ਹੋਊਗਾ। ਹੁਣ ਦੇਖੋ ਇੱਥੇ 120 ਵਾਈ ਨੂੰ ਮੈਂ ਇੱਧਰਲੀ ਸਾਈਡ ਲੈ ਦਿੰਦਾ, ਕੋਈ ਫਰਕ ਥੋੜ੍ਹੀ ਪੈ ਸਕਦਾ, ਅਤੇ ਆਹ ਵਾਲੀ ਚੀਜ਼ ਮੈਂ ਇਜ਼ ਇਕੁਅਲ ਟੂ ਅਤੇ ਉੱਧਰਲੀ ਸਾਈਡ ਲੈ ਜਾਂਦਾ। ਅਤੇ ਇੱਥੇ ਆਉਣਾ ਪਹਿਲਾਂ ਬ੍ਰੈਕਟ ਖੋਲਾਂਗੇ 60 ਮਲਟੀਪਲਾਈ 48 ਅਤੇ ਪਲੱਸ ਦੇ ਨਾਲ 48 ਵਾਈ, ਠੀਕ ਆ। 48 ਵਾਈ ਨੂੰ ਕੀ ਇੱਧਰ ਪਲੱਸ ਦੇ ਇੱਧਰਲੀ ਸਾਈਡ ਆ ਕੇ ਕੀ ਇਹ ਹੋ ਜਾਣੇ ਮਾਈਨਸ ਦੇ, ਅਤੇ ਦੇਅਰਫੋਰ ਇੱਧਰ ਕੀ ਇਹਨਾਂ ਦੀ ਜਿਹੜੀ ਪ੍ਰੋਡਕਟ ਆਪਾਂ ਐਜ਼ ਇਟ ਇਜ਼ ਰਹਿਣ ਦਿੰਦੇ ਹਾਂ, ਠੀਕ ਆ, ਕਿਉਂਕਿ ਆਪਾਂ ਸੋਲਵ ਹੀ ਕਰਨੀ ਹੈ, ਦੇਅਰਫੋਰ ਐਜ਼ ਇਟ ਇਜ਼ ਰਹਿਣ ਦਿਓ। ਅਤੇ ਇੱਥੇ ਮਾਈਨਸ ਕਰਕੇ ਕਿੰਨਾ ਆ ਜਾਣਾ 120 'ਚੋਂ 72 ਵਾਈ ਆ ਜਾਣਾ, ਦੇਅਰਫੋਰ ਇੱਧਰ ਕੀ ਆ ਜਾਣਾ 60 × 48, ਇਹ ਵੀ ਆਪਾਂ ਇਰੇਜ਼ ਕਰ ਦਿੰਦੇ। ਹੁਣ ਵਾਈ ਦੀ ਵੈਲਿਊ ਇੱਥੇ ਕੱਢਣੀ ਹੈ, ਕੀ ਆਜੂਗਾ 60 ਮਲਟੀਪਲਾਈ ਬਾਏ 48 ਓਵਰ 72, ਠੀਕ ਆ, ਕੈਂਸਲ ਆਊਟ ਕਰ ਦਿਓ 236 ਆਰ 72 ਐਂਡ 224 ਆਰ 66 ਆਰ 36 ਐਂਡ 610 ਆਰ ਦੇਅਰਫੋਰ ਅਤੇ ਐਂਡ 64 ਆਰ 24 ਦੇਅਰਫੋਰ ਉੱਪਰ ਕੀ ਬਚ ਗਿਆ ਵਾਈ ਦੀ ਵੈਲਿਊ ਕਿੰਨੀ ਆ ਗਈ ਆਪਾਂ ਕੋਲ ਟੋਟਲ 410 ਆਰ 40 ਕਿਲੋਮੀਟਰ ਪਰ ਆਵਰ, ਠੀਕ ਆ। 40 ਕਿਲੋਮੀਟਰ ਪਰ ਆਵਰ ਕੀ ਆ ਵਾਈ ਦੀ ਵੈਲਿਊ, ਕਹਿਣ ਦਾ ਮਤਲਬ ਕੀ ਆ ਇਹਨੂੰ ਬੀ ਤੋਂ ਏ ਜਾਣ ਦੇ ਲਈ ਕੀ ਆ 40 ਕਿਲੋਮੀਟਰ ਪਰ ਆਵਰ ਯੂਜ਼ ਕਰ ਰਿਹਾ ਸੀ ਇਹ ਸਪੀਡ, ਤਾਂ ਇਹਨਾਂ ਦੀ ਐਵਰੇਜ ਸਪੀਡ ਕੀ ਆ 48 ਕਿਲੋਮੀਟਰ ਪਰ ਆਵਰ ਬਣ ਰਹੀ ਸੀ, ਠੀਕ ਹੈ। ਨੈਕਸਟ ਚੱਲਦੇ ਹਾਂ, ਇਹ ਮੈਨ ਟਰੈਵਲਸ ਫਰੋਮ ਏ ਟੂ ਬੀ ਐਟ ਅ ਸਪੀਡ ਆਫ 29 ਕਿਲੋਮੀਟਰ ਪਰ ਆਰ ਇਨ 29 ਮਿੰਟਸ, ਮਤਲਬ ਠੀਕ ਆ ਉਹ ਏ ਤੋਂ ਬੀ ਜਾਂਦਾ, ਏ ਤੋਂ ਕੀ ਆ ਉਹ ਬੀ ਜਾਂਦਾ ਵਿਦ ਅ ਸਪੀਡ ਆਫ 29 ਕਿਲੋਮੀਟਰ ਪਰ ਆਰ 29 ਕਿਲੋਮੀਟਰ ਪਰ ਆਰ ਅਤੇ ਉਹ ਕਿੰਨੇ 'ਚ ਇਹ ਕਵਰ ਕਰਦਾ, ਏ ਦੀ ਸਪੀਡ ਹੈ ਇੱਥੋਂ ਜਾਣ ਦੀ ਅਤੇ ਟਾਈਮ ਕਿੰਨਾ ਲੱਗਦਾ ਇਹਨੂੰ 29 ਮਿੰਟਸ, ਠੀਕ ਆ। ਅਤੇ ਕੀ ਆ ਉਹ ਟਰੈਵਲਸ ਫਰੋਮ ਬੀ ਟੂ ਸੀ, ਠੀਕ ਆ, ਬੀ ਤੋਂ ਕੀ ਆ ਸੀ ਤੱਕ ਜਾਂਦਾ ਫਰਦਰ, ਮਤਲਬ ਇਹਦੀ ਡਾਇਗ੍ਰਾਮ ਥੋੜ੍ਹਾ ਆਪਾਂ ਜ਼ਿਕਰ ਇਸ ਤਰ੍ਹਾਂ ਬਣਾਈਏ, ਮਤਲਬ ਏ ਟੂ ਬੀ ਜਾਂਦਾ ਫਿਰ ਉਹ ਬੀ ਟੂ ਕੀ ਆ ਸੀ ਜਾਂਦਾ, ਅਤੇ ਏ ਤੋਂ ਬੀ ਤੱਕ ਜਾਣ ਦੇ ਲਈ ਕੀ ਆ ਉਹ 29 ਕਿਲੋਮੀਟਰ ਪਰ ਆਰ ਦੀ ਸਪੀਡ ਯੂਜ਼ ਕਰਦਾ ਅਤੇ 29 ਮਿੰਟਸ ਉਹਨੂੰ ਲੱਗਦੇ, ਅਤੇ ਬੀ ਤੋਂ ਸੀ ਉਹ ਕੀ ਆ 39 ਦੀ ਸਪੀਡ ਰੱਖਦਾ ਆਪਣੀ, ਠੀਕ ਆ, ਅਤੇ ਉਹਨੂੰ ਇੱਥੇ ਵੀ ਕੀ ਆ 29 ਮਿੰਟਸ ਲੱਗਦੇ।
ਅਤੇ ਉਹਨਾਂ ਨੇ ਆਪਾਂ ਨੂੰ ਐਵਰੇਜ ਸਪੀਡ ਫਾਇੰਡ ਆਊਟ ਕਰਨ ਨੂੰ ਕਿਹਾ ਇਸ ਹੋਲ ਜਰਨੀ ਦੀ। ਹੁਣ ਜੇਕਰ ਤੁਸੀਂ ਇੱਥੇ ਇੱਕ ਚੀਜ਼ ਨੋਟਿਸ ਕਰੋ, ਏ ਤੋਂ ਬੀ ਗਿਆ ਉਹ 29 ਕਿਲੋਮੀਟਰ 'ਚ, ਸਪੀਡ ਉਹਦੀ ਸੀ 29, ਫਿਰ ਬੀ ਤੋਂ ਸੀ ਗਿਆ 39 ਕਿਲੋਮੀਟਰ ਪਰ ਆਰ 'ਚ, ਅਤੇ ਇਹਦੀ ਟਾਈਮ ਸੀਗਾ 29 ਮਿੰਟ। ਟਾਈਮ ਕੀ ਕੋਂਸਟੈਂਟ ਨਹੀਂ ਹੋ ਗਿਆ ਇੱਥੇ? ਠੀਕ ਆ। ਹੁਣ ਇੱਥੇ ਕਿਉਂਕਿ ਆਪਾਂ ਨੂੰ ਇਹ ਨਹੀਂ ਪਤਾ ਕਿ ਏ ਤੋਂ ਬੀ ਤੱਕ ਕਿੰਨਾ ਡਿਸਟੈਂਸ ਆ ਅਤੇ ਬੀ ਤੋਂ ਸੀ ਤੱਕ ਕਿੰਨਾ ਡਿਸਟੈਂਸ ਆ, ਬਟ ਇੱਥੇ ਟਾਈਮ ਕੋਂਸਟੈਂਟ ਕਰਤਾ ਉਹਨੇ। ਹੁਣ ਜਦੋਂ ਟਾਈਮ ਕੋਂਸਟੈਂਟ ਹੁੰਦਾ, ਮੈਂ ਕੀ ਦੱਸਿਆ ਸੀ ਟਾਈਮ ਕੋਂਸਟੈਂਟ ਵਾਲਾ ਕਿਹੜਾ ਫਾਰਮੂਲਾ ਸੀ? ਉਹ ਸੀਗਾ ਸਪੀਡ ਇਜ਼ ਇਕੁਅਲ ਟੂ ਸਪੀਡਸ ਨੂੰ ਕੀ ਆ ਐਡ ਕਰਕੇ 2 ਨਾਲ ਡਿਵਾਈਡ ਦੇਣਾ। ਦੇਅਰਫੋਰ ਇੱਥੇ ਆਪਾਂ ਕੀ ਆ ਕੀ ਕਰ ਸਕਦੇ ਹਾਂ, ਇੱਕ ਸਪੀਡ ਹੈਗੀ 29 ਅਤੇ ਦੂਜੀ ਕੀ ਹੈ 39। ਜੇਕਰ ਮੈਂ ਡਿਵਾਈਡ ਕਰਦਾ 2 ਦੇ ਨਾਲ, ਇਹ ਕਿਹਦੇ ਇਕੁਅਲ ਆ ਜਾਣਾ, ਇਹ ਆ ਜਾਣਾ 98 ਕਹਿਤਾ 78 ਓਵਰ 2, ਜਿਹੜਾ ਕਿਹਦੇ ਇਕੁਅਲ ਆ ਜਾਣਾ 68। ਠੀਕ ਹੈ, 39 ਪਲੱਸ 29 ਇਜ਼ ਇਕੁਅਲ ਟੂ 68, ਜਿਹੜਾ ਕਿਹਦੇ ਇਕੁਅਲ ਆ ਜਾਣਾ 34 ਕਿਲੋਮੀਟਰ ਪਰ ਆਵਰ। ਠੀਕ ਹੈ, ਇਸ ਤਰ੍ਹਾਂ ਨਾਲ ਆਪਾਂ ਕੀ ਆ ਐਵਰੇਜ ਸਪੀਡ ਕੱਢਾਂਗੇ ਜਦੋਂ ਟਾਈਮ ਕੋਂਸਟੈਂਟ ਹੋਊਗਾ। ਨੈਕਸਟ ਸਮ ਹੈ ਕਾਰ ਟਰੈਵਲਸ ਆ ਡਿਸਟੈਂਸ ਆਫ 75 ਕਿਲੋਮੀਟਰ ਐਟ ਦਾ ਸਪੀਡ ਆਫ 25 ਕਿਲੋਮੀਟਰ ਪਰ ਆਰ ਐਂਡ ਇਟ ਕਵਰਸ ਦਾ ਨੈਕਸਟ 25 ਕਿਲੋਮੀਟਰ ਆਫ ਇਟਸ ਜਰਨੀ ਐਟ ਅ ਸਪੀਡ ਆਫ 5 ਕਿਲੋਮੀਟਰ ਪਰ ਆਰ ਐਂਡ ਦਾ ਲਾਸਟ 50 ਕਿਲੋਮੀਟਰ ਆਫ ਇਟਸ ਜਰਨੀ ਐਟ 25 ਕਿਲੋਮੀਟਰ ਪਰ ਆਰ, ਅਤੇ ਐਵਰੇਜ ਸਪੀਡ ਕੱਢਣੀ ਹੈ ਕਾਰ ਦੀ। ਹੁਣ ਦੇਖੋ ਉਹ ਕੀ ਹੈ, ਪਹਿਲਾਂ 75 ਕਿਲੋਮੀਟਰ ਜਿਹੜਾ ਡਿਸਟੈਂਸ ਆ ਉਹਨੂੰ ਉਹ ਕਵਰ ਕਰਦਾ ਆ ਵਿਦ ਦਾ ਸਪੀਡ ਆਫ 25 ਕਿਲੋਮੀਟਰ ਪਰ ਆਰ। ਠੀਕ ਆ, ਅਤੇ ਸਿਮੀਲਰਲੀ ਜਿਹੜਾ ਨੈਕਸਟ ਇਸ ਤੋਂ ਹੀ ਅਗਲਾ 25 ਕਿਲੋਮੀਟਰ ਦਾ ਡਿਸਟੈਂਸ ਆ ਉਹ ਕਰਦਾ ਆ 5 ਕਿਲੋਮੀਟਰ ਪਰ ਆਰ ਦੀ ਸਪੀਡ ਦੇ ਨਾਲ, ਐਂਡ ਸਿਮੀਲਰਲੀ ਉਹ ਕੀ ਆ ਨੈਕਸਟ ਜਿਹੜਾ 50 ਕਿਲੋਮੀਟਰ ਦਾ ਡਿਸਟੈਂਸ ਆ ਉਹ ਕੀ ਆ ਕਰਦਾ ਆ 25 ਕਿਲੋਮੀਟਰ ਪਰ ਆਰ ਦੀ ਸਪੀਡ ਦੇ ਨਾਲ। ਠੀਕ ਆ, ਕਹਿਣਾ ਮਤਲਬ ਆਪਾਂ ਕਿਸ ਤਰ੍ਹਾਂ ਲਿਖ ਸਕਦੇ ਹਾਂ ਹੁਣ ਇੱਥੇ, ਕਿ ਪਹਿਲਾਂ ਉਹ ਇਸ ਪੁਆਇੰਟ 'ਤੇ ਸੀ, ਇੱਥੋਂ ਇੱਥੇ ਗਿਆ, ਫਿਰ ਇੱਥੋਂ ਕੀ ਆ ਉਹ ਇੱਥੇ ਗਿਆ, ਫਿਰ ਉਹ ਇੰਨਾ ਕਵਰ ਕਰਦਾ। ਮਤਲਬ ਪਹਿਲਾਂ ਉਹਨੇ ਆਹ ਵਾਲਾ 75 ਕਵਰ ਕੀਤਾ 25 ਕਿਲੋਮੀਟਰ ਆਵਰ ਦੀ ਸਪੀਡ ਨਾਲ, ਫਿਰ ਆ 25 ਕਿਲੋਮੀਟਰ ਕੀਤਾ 5 ਕਿਲੋਮੀਟਰ ਪਰ ਆਵਰ ਦੀ ਸਪੀਡ ਦੇ ਨਾਲ, ਅਤੇ ਨੈਕਸਟ ਆਹ 50 ਕਿਲੋਮੀਟਰ ਕਵਰ ਕੀਤਾ ਵਿਦ ਦਾ ਸਪੀਡ ਆਫ 25 ਕਿਲੋਮੀਟਰ ਪਰ ਆਰ। ਹੁਣ ਇੱਥੇ ਦੇਖੋ ਡਿਸਟੈਂਸ ਅਲੱਗ ਅਲੱਗ ਆ, ਹੈ ਨਾ, ਅਤੇ ਸਪੀਡਸ ਦਿੱਤੀਆਂ ਆਪਾਂ ਨੂੰ, ਆਪਾਂ ਨੂੰ ਟਾਈਮ ਨਹੀਂ ਪਤਾ, ਟਾਈਮ ਤਾਂ ਆਪਾਂ ਨੂੰ ਪਤਾ ਹੀ ਨਹੀਂ ਕਿੰਨਾ ਲੱਗ ਰਿਹਾ। ਠੀਕ ਆ, ਦੇਅਰਫੋਰ ਤਾਂ ਹੀ ਆ ਕਿਉਂਕਿ ਹੁਣ ਇੱਥੇ ਆਪਾਂ ਨੂੰ ਸਿਰਫ ਡਿਸਟੈਂਸ ਅਤੇ ਉਹ ਦਿੱਤਾ ਆ, ਬਟ ਆਪਾਂ ਕੱਢਣੀ ਐਵਰੇਜ ਸਪੀਡ ਆ, ਇੱਦਾਂ ਵੀ ਨਹੀਂ ਕਿ ਆਪਾਂ ਨੂੰ ਟਾਈਮ ਕੱਢਣ ਨੂੰ ਕਿਹਾ। ਦੇਅਰਫੋਰ ਇੱਥੇ ਆਪਾਂ ਯੂਜ਼ ਕਰਾਂਗੇ ਜਿਹੜਾ ਵੈਰੀ ਫਸਟ ਫਾਰਮੂਲਾ ਮੈਂ ਦੱਸਿਆ ਸੀ, ਐਵਰੇਜ ਸਪੀਡ ਕਿਹਦੇ ਇਕੁਅਲ ਹੁੰਦੀ ਹੈ ਟੋਟਲ ਡਿਸਟੈਂਸ ਓਵਰ ਟੋਟਲ ਟਾਈਮ, ਟੋਟਲ ਡਿਸਟੈਂਸ ਓਵਰ ਟੋਟਲ ਟਾਈਮ। ਹੁਣ ਦੇਖੋ ਇੱਥੇ ਆਹ ਟੋਟਲ ਡਿਸਟੈਂਸ ਹੋ ਗਿਆ, ਠੀਕ ਆ ਆਪਣਾ, ਅਤੇ ਟੋਟਲ ਟਾਈਮ ਆਪਾਂ ਫਾਇੰਡ ਆਊਟ ਕਰਨਾ। ਟੋਟਲ ਟਾਈਮ ਆਊਟ ਕਿੱਦਾਂ ਫਾਇੰਡ ਆਊਟ ਕਰਾਂਗੇ, ਆਹ ਡਿਸਟੈਂਸ ਆ ਆਹ ਸਪੀਡ ਆ, ਇੱਥੋਂ ਟਾਈਮ ਕਿੰਨਾ ਆ ਜਾਣਾ, ਟਾਈਮ ਕਿਹਦੇ ਇਕੁਅਲ ਹੁੰਦਾ, ਟਾਈਮ ਇਜ਼ ਇਕੁਅਲ ਟੂ ਡਿਸਟੈਂਸ ਓਵਰ ਸਪੀਡ, ਮਤਲਬ ਡਿਸਟੈਂਸ ਨੂੰ ਸਪੀਡ ਦੇ ਨਾਲ ਡਿਵਾਈਡ ਕਰਕੇ ਕੀ ਆ ਟਾਈਮ ਆ ਜਾਣਾ।
ਹੁਣ ਜੇਕਰ ਦੇਖੋ ਮੈਂ 75 ਨੂੰ 25 ਦੇ ਨਾਲ ਡਿਵਾਈਡ ਕਰਾਂ, ਮੇਰੇ ਤੋਂ ਕੀ ਆ ਜਾਣਾ 75 ਓਵਰ 25 ਕਿੰਨਾ ਆ ਗਿਆ, ਟਾਈਮ ਕਿੰਨਾ ਆ ਜਾਣਾ, ਮਤਲਬ ਇੱਕ ਤਰ੍ਹਾਂ ਨਾਲ T1 ਆਪਾਂ ਲਿਖ ਸਕਦੇ ਹਾਂ, T1 ਕਿੰਨਾ ਆ ਜਾਣਾ 3 hours, T2 ਕਿੰਨਾ ਆਜੂਗਾ, ਡਿਸਟੈਂਸ ਕਿੰਨਾ ਆ 25 ਕਿਲੋਮੀਟਰ ਅਤੇ ਸਪੀਡ ਹੈਗੀ 5 ਕਿਲੋਮੀਟਰ ਪਰ ਆਰ, ਦੇਅਰਫੋਰ ਡਿਸਟੈਂਸ ਓਵਰ ਸਪੀਡ ਇਹ ਕਿੰਨਾ ਆ ਜਾਣਾ 5 5s are 25, 5 hour ਆ ਗਿਆ। ਸਿਮੀਲਰਲੀ T3 ਕਿੰਨਾ ਆਜੂਗਾ, T3 ਕਿੰਨਾ ਆ 50 ਕਿਲੋਮੀਟਰ ਡਿਸਟੈਂਸ ਆ ਅਤੇ ਸਪੀਡ ਹੈਗੀ ਹੈ 25, ਦੇਅਰਫੋਰ 50 over 25, ਦੇਅਰਫੋਰ 25 2s are 50, ਦੇਅਰਫੋਰ 2 hour ਇਹ ਆ ਗਿਆ। ਟੋਟਲ ਟਾਈਮ ਕਿੰਨਾ ਹੋ ਗਿਆ 2 ਅਤੇ 5 7 7 ਅਤੇ 3 10, ਟੋਟਲ ਕਿੰਨਾ ਹੋ ਗਿਆ 10 hours ਹੋ ਗਿਆ, ਠੀਕ ਆ, ਟੋਟਲ 10 hours ਹੋ ਗਿਆ, ਠੀਕ ਆ, ਮਤਲਬ ਟਾਈਮ ਟੋਟਲ ਕਿੰਨਾ ਹੋ ਗਿਆ 10 hours, ਅਤੇ ਡਿਸਟੈਂਸ ਟੋਟਲ ਕਿੰਨਾ ਆ, ਡਿਸਟੈਂਸ ਮੈਂ ਤੁਹਾਨੂੰ ਦੱਸਿਆ ਕਿਹੜਾ ਆ 75, 25 ਅਤੇ 50, ਇਹਨਾਂ ਤਿੰਨਾਂ ਨੂੰ ਜੇਕਰ ਆਪਾਂ ਐਡ ਔਨ ਕਰੀਏ ਕਿੰਨਾ ਆ ਜਾਣਾ ਆਪਾਂ ਕੋ 150 ਆ ਜਾਣਾ। ਦੇਅਰਫੋਰ ਜੇਕਰ ਹੁਣ ਆਪਾਂ ਫਾਰਮੂਲਾ ਲਾਈਏ ਕਿਹੜਾ ਐਵਰੇਜ ਸਪੀਡ ਦਾ, ਐਵਰੇਜ ਸਪੀਡ ਦਾ ਫਾਰਮੂਲਾ ਲਾਈਏ ਟੋਟਲ ਡਿਸਟੈਂਸ ਓਵਰ ਟੋਟਲ ਟਾਈਮ, ਦੇਅਰਫੋਰ ਟੋਟਲ ਡਿਸਟੈਂਸ ਕਿੰਨਾ ਮੇਰਾ 150, ਟੋਟਲ ਟਾਈਮ ਕਿੰਨਾ ਲੱਗ ਰਿਹਾ 10 hours, 0 ਨਾਲ 0 ਕੈਂਸਲ ਆਊਟ, ਐਵਰੇਜ ਸਪੀਡ ਕਿੰਨੀ ਆ ਜੂਗੀ 15 ਕਿਲੋਮੀਟਰ ਪਰ ਆਰ, ਠੀਕ ਹੈ। ਇਸ ਤਰ੍ਹਾਂ ਦੇ ਨਾਲ ਆਪਾਂ ਕੀ ਆ ਇਹ ਟਾਈਪ ਦੇ ਸਾਹਮਣੇ ਕਰ ਸਕਦੇ ਹਾਂ। ਨੈਕਸਟ ਹੈਗਾ ਮੈਨ ਗੋਜ਼ ਫਰੋਮ ਪਲੇਸ ਏ ਟੂ ਬੀ ਐਟ ਅ ਸਪੀਡ ਆਫ 12 ਕਿਲੋਮੀਟਰ ਪਰ ਆਰ, ਠੀਕ ਆ, ਏ ਤੋਂ ਬੀ ਜਾਂਦਾ ਕਿੰਨੀ ਸਪੀਡ ਦੇ ਨਾਲ 12 ਕਿਲੋਮੀਟਰ ਪਰ ਆਵਰ ਦੀ ਸਪੀਡ ਦੇ ਨਾਲ, ਠੀਕ ਆ, ਅਤੇ ਰਿਟਰਨ ਫਰੋਮ ਬੀ ਟੂ ਏ ਐਟ ਦਾ ਸਪੀਡ ਆਫ, ਇੱਥੋਂ ਵਾਪਸ ਆਉਂਦਾ ਐਟ ਦਾ ਸਪੀਡ ਆਫ 18 ਕਿਲੋਮੀਟਰ ਪਰ ਆਰ, 18 ਕਿਲੋਮੀਟਰ ਦਾ ਐਵਰੇਜ ਸਪੀਡ ਆਫ ਦਾ ਹੋਲ ਜਰਨੀ। ਇਹ ਵੀ ਉਹੀ ਸਮ ਆ ਜੋ ਆਪਾਂ ਮਤਲਬ ਡਿਸਟੈਂਸ ਕੋਂਸਟੈਂਟ ਹੈ ਇੱਥੇ ਤੁਹਾਨੂੰ ਪਤਾ ਲੱਗ ਗਿਆ, ਦੇਅਰਫੋਰ ਤੁਸੀਂ ਕੀ ਹੈ ਐਵਰੇਜ ਸਪੀਡ ਕੱਢ ਸਕਦੇ ਹਾਂ, ਕੀ ਆ ਜਾਣੀ ਉਹ 2 × 12 × 18, ਅਤੇ ਥੱਲੇ ਕੀ ਹੁੰਦਾ ਇਹਨਾਂ ਦਾ ਸਮ ਕਿੰਨਾ ਆਉਣਾ 30, ਇੱਥੇ ਆਉਣਾ 6 2s are 12 and 6 5s are 30, ਦੇਅਰਫੋਰ ਇਹ ਆਉਣਾ ਟੋਟਲ 2 2 4 18 4s are 72, 72 over 5, 72 over 5 ਨੂੰ ਜੇਕਰ ਆਪਾਂ ਡਿਵਾਈਡ ਕਰਾਂਗੇ ਤੁਸੀਂ ਇਹਨਾਂ ਨੂੰ ਕੀ ਆ ਮਿਕਸ ਫਰੈਕਸ਼ਨ ਦੇ ਵਿੱਚ ਲਿਖ ਸਕਦੇ ਹਾਂ, ਦੇਅਰਫੋਰ ਇਹ ਸੋਲਵ ਕਰਕੇ ਆ ਜਾਣਾ 5 1 is 5 5 4s are 20 and 14 2 over 5 ਕੀ ਆ ਕਿਲੋਮੀਟਰ ਪਰ ਆਵਰ ਕੀ ਆ ਇਹਦੀ ਐਵਰੇਜ ਸਪੀਡ ਆ ਜਾਣੀ, ਠੀਕ ਆ। ਨੈਕਸਟ ਏ ਮੈਨ ਵਾਕਸ ਐਟ ਦਾ ਰੇਟ ਆਫ 5 ਕਿਲੋਮੀਟਰ ਪਰ ਆਵਰ ਫੋਰ ਸਿਕਸ ਆਵਰਸ, ਉਹ 5 ਕਿਲੋਮੀਟਰ ਪਰ ਆਵਰ ਦੀ ਸਪੀਡ ਦੇ ਨਾਲ ਚੱਲਦਾ ਫੋਰ 6 hours, 6 ਘੰਟਿਆਂ ਦੇ ਲਈ, ਅਤੇ ਉਹ ਕੀ ਆ ਐਂਡ ਐਟ 4 ਕਿਲੋਮੀਟਰ ਪਰ ਆਵਰ, ਅਤੇ ਜਦੋਂ ਉਹ 4 ਕਿਲੋਮੀਟਰ ਪਰ ਆਵਰ ਚੱਲਦਾ ਆ ਹੋਰ ਪਰ ਆਵਰ ਦੀ ਸਪੀਡ ਦੇ ਨਾਲ ਚੱਲਦਾ ਫੋਰ ਅਨਦਰ 12 hours, ਆਪਾਂ ਨੇ ਇੱਥੇ ਕੀ ਪੁੱਛਿਆ ਐਵਰੇਜ ਸਪੀਡ ਪੁੱਛਿਆ, ਠੀਕ ਆ। ਹੁਣ ਦੇਖੋ ਐਵਰੇਜ ਸਪੀਡ ਇੱਥੇ ਵੀ ਆਪਾਂ ਕੀ ਆ ਸੇਮ ਫਾਰਮੂਲਾ ਲਾ ਸਕਦੇ ਕਿਉਂਕਿ ਇੱਥੇ ਆਪਾਂ ਨੂੰ ਸਪੀਡ ਦਿੱਤੀ ਇੱਥੇ ਟਾਈਮ ਦਿੱਤਾ, ਆਪਾਂ ਕੱਢਣਾ ਕੀ ਆ ਪਹਿਲਾਂ ਡਿਸਟੈਂਸ ਕੱਢਾਂਗੇ, ਇੱਥੇ ਵੀ ਆਪਾਂ ਵਾਲਾ ਫਾਰਮੂਲਾ ਲਾਂਗੇ ਐਵਰੇਜ
ਸਪੀਡ ਇਜ਼ ਇਕੁਅਲ ਟੂ ਟੋਟਲ ਡਿਸਟੈਂਸ ਓਵਰ ਟੋਟਲ ਟਾਈਮ। ਟੋਟਲ ਡਿਸਟੈਂਸ, ਪਹਿਲਾਂ ਡਿਸਟੈਂਸ ਕੈਲਕੂਲੇਟ ਕਰਦੇ ਹਾਂ, ਠੀਕ ਆ। ਹੁਣ ਦੇਖੋ ਡਿਸਟੈਂਸ ਕਿਹਦੇ ਇਕੁਅਲ ਹੁੰਦਾ, ਜੇਕਰ ਮੈਂ ਡਿਸਟੈਂਸ ਦੀ ਗੱਲ ਕਰਾਂ, ਡਿਸਟੈਂਸ ਹੁੰਦਾ ਸਪੀਡ ਮਲਟੀਪਲਾਈ ਬਾਏ ਟਾਈਮ। ਦੇਅਰਫੋਰ ਇੱਥੇ ਸਪੀਡ ਹੈਗੀ 5 ਦੀ ਅਤੇ 6 ਹੈਗਾ, 5 6 ਆ ਟੋਟਲ 30 ਕਿਲੋਮੀਟਰ ਇਹ ਹੋ ਗਿਆ, ਅਤੇ ਆਹ ਕੀ ਆ 4 12 ਆਰ 48, ਟੋਟਲ 48 ਕੀ ਆ ਕਿਲੋਮੀਟਰ ਇਹ ਹੋ ਗਿਆ। ਟੋਟਲ ਡਿਸਟੈਂਸ ਕਿੰਨਾ ਆ ਗਿਆ 78, ਟਾਈਮ ਕਿੰਨਾ ਟੋਟਲ 12 ਔਰ 6 18, ਠੀਕ ਹੈ। 18 ਨੂੰ ਆਪਾਂ ਕੀ ਆ 78 ਨਾਲ ਡਿਵਾਈਡ ਕਰਾਂਗੇ ਤਾਂ ਆਪਣੀ ਕੀ ਆ ਐਵਰੇਜ ਸਪੀਡ ਆ ਜੂਗੀ, ਜਿਹੜੀ ਆਣੀ ਆ 18 4 ਆਰ 72 ਐਂਡ 6 ਰਿਮਾਇੰਡਰ ਓਵਰ 18, ਅਤੇ ਇਹਨੂੰ ਵੀ ਕੀ ਆ ਤੁਸੀਂ ਕੱਟ ਸਕਦੇ ਆ 6 3 ਆਰ 18। ਦੇਅਰਫੋਰ ਕਿੰਨੀ ਆ ਗਈ ਤੁਹਾਡੀ ਐਵਰੇਜ ਸਪੀਡ 4 1/3 ਐਵਰੇਜ ਸਪੀਡ ਆ ਗਈ। ਨੈਕਸਟ ਕਹਿੰਦੇ ਐਹਰ ਵਿਦ ਹਿਸ ਫੈਮਲੀ ਟਰੈਵਲਡ ਫਰੋਮ ਭੋਪਾਲ ਟੂ ਬੈਂਗਲੋਰ ਬਾਏ ਕਾਰ ਐਟ ਆ ਸਪੀਡ ਆਫ 40 ਕਿਲੋਮੀਟਰ ਪਰ ਆਵਰ। ਉਹ ਕੀ ਆ ਭੋਪਾਲ ਤੋਂ ਕੀ ਆ ਬੈਂਗਲੋਰ ਜਾਂਦਾ ਆਪਣੀ ਫੈਮਲੀ ਦੇ ਨਾਲ ਐਹਰ, ਵਿਦ ਦਾ ਸਪੀਡ ਆਫ 40 ਕਿਲੋਮੀਟਰ ਪਰ ਆਰ, 40 ਕਿਲੋਮੀਟਰ ਪਰ ਆਰ ਦੀ ਸਪੀਡ ਆ, ਦੇ ਐਂਡ ਰਿਟਰਨ ਟੂ ਭੋਪਾਲ, ਠੀਕ ਆ, ਅਤੇ ਭੋਪਾਲ ਵਾਪਸ ਆਉਂਦਾ ਬੈਂਗਲੋਰ ਤੋਂ ਐਟ ਦਾ ਸਪੀਡ ਆਫ 50 ਕਿਲੋਮੀਟਰ ਪਰ ਆਰ। ਐਵਰੇਜ ਸਪੀਡ ਇੱਥੇ ਵੀ ਹੁਣ ਡਿਸਟੈਂਸ ਕੋਂਸਟੈਂਟ ਹੋ ਗਿਆ ਭੋਪਾਲ ਤੋਂ ਕੀ ਆ ਬੈਂਗਲੋਰ ਦਾ ਅਤੇ ਬੈਂਗਲੋਰ ਤੋਂ, ਦੇਅਰਫੋਰ ਕੀ ਆ ਸਿੰਪਲ ਤੁਸੀਂ ਕੀ ਆ ਐਵਰੇਜ ਸਪੀਡ ਕੱਢ ਸਕਦੇ ਹਾਂ ਕੀ ਹੋ ਜੂਗੀ 2 × 40 × 50 ਓਵਰ 50 + 40 = 90, ਦੇਅਰਫੋਰ 0 ਨਾਲ 0 ਕੈਂਸਲ ਆਊਟ, 5 4 = 20 ਐਂਡ 400/9 400/9 ਨੂੰ ਕੀ ਆ 9 ਦੇ ਨਾਲ ਡਿਵਾਈਡ ਕਰਾਂਗੇ ਜਿਹੜਾ ਕੀ ਆਜੂਗਾ 9 4 = 36, 4 ਫਿਰ 9 4 = 36 ਫਿਰ 4, ਅਤੇ ਆ ਜਾਣਾ 44 4/9 ਕਿਲੋਮੀਟਰ ਪਰ ਆਰ, ਠੀਕ ਹੈ। ਇਸ ਤਰ੍ਹਾਂ ਨਾਲ ਤਾਂ ਆਪਾਂ ਲਿਖ ਹੀ ਸਕਦੇ ਹਾਂ ਕਿ ਕੋਸ਼ੰਟ ਪਲੱਸ ਰਿਮਾਇੰਡਰ ਓਵਰ ਡਿਵਾਈਜ਼ਰ, ਇਹਨੂੰ ਆਪਾਂ ਕੋਸ਼ੰਟ ਪਲੱਸ ਰਿਮਾਇੰਡਰ ਓਵਰ ਡਿਵਾਈਜ਼ਰ ਦੀ ਫੋਰਮ 'ਚ ਕੀ ਹੈ ਇਸ ਤਰ੍ਹਾਂ ਨਾਲ ਲਿਖ ਦਿੰਦੇ ਹੁੰਦੇ, ਜਦੋਂ ਆਪਾਂ ਕੀ ਆ ਪੁਆਇੰਟਾਂ 'ਚ ਨਾ ਲਿਖਣਾ ਹੋਵੇ ਆਪਾਂ ਇਸ ਤਰ੍ਹਾਂ ਲਿਖ ਜਾਂਦੇ। ਕੋਸ਼ੰਟ ਆਪਣਾ ਹੁੰਦਾ ਜਿਹੜਾ ਆਹ ਆਨਸਰ ਆਇਆ ਹੁੰਦਾ, ਰਿਮਾਇੰਡਰ ਜੋ ਬਚਿਆ ਹੁੰਦਾ, ਅਤੇ ਡਿਵਾਈਜ਼ਰ ਜਿਹਦੇ ਨਾਲ ਆਪਾਂ ਕੀ ਆ ਡਿਵਾਈਡ ਕੀਤਾ ਹੁੰਦਾ, ਠੀਕ ਆ। ਨੈਕਸਟ ਹੈਗਾ ਹੈ ਡਿੰਪਲ ਕਵਰਸ 40% ਆਫ ਅ ਡਿਸਟੈਂਸ ਵਿਦ ਦਾ ਸਪੀਡ ਆਫ 60 ਕਿਲੋਮੀਟਰ ਪਰ ਆਰ। ਉਹ ਕੀ ਆ ਕੋਈ ਵੀ 40 ਡਿਸਟੈਂਸ ਆ ਉਹਦਾ 40% ਕੀ ਆ ਉਹ 60 ਕਿਲੋਮੀਟਰ ਪਰ ਆਰ ਦੀ ਸਪੀਡ ਦੇ ਨਾਲ ਕਰਦੀ ਆ, ਅਤੇ ਸਿਮੀਲਰਲੀ ਐਂਡ ਦਾ ਰਿਮੇਨਿੰਗ ਵਿਦ ਦਾ ਸਪੀਡ ਆਫ 40 ਕਿਲੋਮੀਟਰ ਪਰ ਆਵਰ। ਹੁਣ ਮੈਂ ਦੱਸਿਆ ਸੀ ਕੋਈ ਵੀ ਚੀਜ਼ ਆਪਣੇ ਆਪ 'ਚ ਕੀ ਹੁੰਦੀ ਆ 100% ਹੁੰਦੀ, ਜੇਕਰ ਤਾਂ ਉਹ 40% 60 ਕਿਲੋਮੀਟਰ ਪਰ ਆਰ ਦੀ ਸਪੀਡ ਦੇ ਨਾਲ ਕਰ ਰਿਹਾ ਆ, ਦੇਅਰਫੋਰ ਰਿਮੇਨਿੰਗ ਕਿੰਨਾ ਹੋਊਗਾ 60% ਹੀ ਹੋਊਗਾ, ਅਤੇ ਇਹ ਕਿੰਨੇ ਦੀ ਸਪੀਡ ਨਾਲ ਕਰ ਰਿਹਾ 40 ਕਿਲੋਮੀਟਰ ਪਰ ਆਰ ਦੀ ਕੀ ਆ ਸਪੀਡ ਦੇ ਨਾਲ ਕਰ ਰਿਹਾ ਆ। ਦੇਅਰਫੋਰ ਐਵਰੇਜ ਸਪੀਡ ਕੱਢਣੀ ਹੋਲ ਜਰਨੀ ਦੀ ਇਨ ਕਿਲੋਮੀਟਰ ਪਰ ਆਰ। ਹੁਣ ਦੇਖੋ ਆਪਣੇ ਆਪ 'ਚ ਕੋਈ ਵੀ ਚੀਜ਼ ਕੀ ਹੈ 100 ਹੁੰਦੀ, ਹੁਣ ਜੇ ਮੈਂ ਐਵਰੇਜ ਸਪੀਡ ਇੱਥੇ ਕੱਢਣੀ ਹੋਵੇ, ਕਿਉਂਕਿ ਇੱਥੇ ਨਾ ਤਾਂ ਮੈਨੂੰ ਡਿਸਟੈਂਸ ਪਤਾ ਆ, ਠੀਕ ਆ, ਨਾ ਤਾਂ ਮੈਨੂੰ ਇੱਦਾਂ ਉਹਨਾਂ ਨੇ ਕਿਹਾ
ਨਾ ਤਾਂ ਇੱਥੇ ਟਾਈਮ ਕੋਨਸਟੈਂਟ ਆ ਨਾ ਡਿਸਟੈਂਸ ਆ, ਕਿਉਂਕਿ ਉਹਨਾਂ ਨੇ 40% ਕਿਸੇ ਹੋਰ ਸਪੀਡ ਨਾਲ ਕਿਹਾ ਆ ਅਤੇ 60% ਕਿਸੇ ਹੋਰ ਸਪੀਡ ਨਾਲ। ਦੇਅਰਫੋਰ ਮੈਂ ਇੱਦਾਂ ਦੇ ਸਮ 'ਤੇ ਕਿਹੜਾ ਫਾਰਮੂਲਾ ਲਾਉਂਦਾ ਹੁੰਦਾ, ਐਵਰੇਜ ਸਪੀਡ ਇਜ਼ ਇਕੁਅਲ ਟੂ ਟੋਟਲ ਡਿਸਟੈਂਸ ਓਵਰ ਟੋਟਲ ਟਾਈਮ। ਟੋਟਲ ਡਿਸਟੈਂਸ ਕਿੰਨਾ, ਹੁਣ ਇੱਥੇ ਤਾਂ ਆਪਾਂ ਨੂੰ 40% ਅਤੇ 60% ਦਿੱਤਾ ਆ ਅਤੇ ਸਪੀਡ ਕਿਲੋਮੀਟਰ ਪਰ ਆਰ 'ਚ ਦਿੱਤੀ ਆ। ਦੇਅਰਫੋਰ ਮੈਂ ਕਹਿ ਸਕਦਾ ਕਿ ਹਾਂ ਟੋਟਲ ਜਿਹੜਾ ਡਿਸਟੈਂਸ ਆ, ਜੇ ਮੈਂ ਕਰ ਪਰਸੈਂਟੇਜ ਹਟਾ ਕੇ ਇਹਨੂੰ ਮੰਨ ਨਹੀਂ ਸਕਦਾ ਕਿ 40 ਕਿਲੋਮੀਟਰ ਅਤੇ 60 ਕਿਲੋਮੀਟਰ, ਠੀਕ ਆ। ਦੇਅਰਫੋਰ ਮੈਂ ਮੰਨ ਲਿਆ ਕਿ ਟੋਟਲ ਹੈਗਾ ਆ 100 ਕਿਲੋਮੀਟਰ, ਕਿਉਂਕਿ ਇਹਨਾਂ ਦੋਨਾਂ ਦਾ ਸਮ ਕੀ ਆ 100 ਕਿਲੋਮੀਟਰ ਸੀ, ਠੀਕ ਆ। ਅਤੇ ਨੀਚੇ ਕੀ ਹੁੰਦਾ, ਟੋਟਲ ਟਾਈਮ ਹੁੰਦਾ, ਟੋਟਲ ਟਾਈਮ ਹੁੰਦਾ ਅਤੇ ਉਹ ਕਿਸ ਤਰ੍ਹਾਂ ਨਾਲ ਆਪਾਂ ਕੱਢਾਂਗੇ, ਉਹਦੇ ਲਈ ਆਪਾਂ ਨੂੰ ਕੀ ਚਾਹੀਦਾ, ਇਹਨਾਂ ਦਾ ਆਪਾਂ ਦੋਨਾਂ ਟਾਈਮ ਕੱਢਾਂਗੇ। ਹੁਣ ਸਪੋਜ਼ ਕਰੋ ਟਾਈਮ ਕਿੱਦਾਂ ਹੁੰਦਾ, ਡਿਸਟੈਂਸ ਓਵਰ ਸਪੀਡ। ਡਿਸਟੈਂਸ ਆਪਣਾ ਕਿੰਨਾ, ਡਿਸਟੈਂਸ ਹੈਗਾ 40 ਅਤੇ ਇਹ ਹੈਗਾ ਆ 60, ਮਤਲਬ 40/60, ਠੀਕ ਹੈ। ਇੱਥੇ 0 ਨਾਲ 0 ਅਤੇ ਇਹ ਕੱਟ ਕੇ ਆ ਗਿਆ 2/3, ਇੱਕ ਟਾਈਮ ਇਹ ਆ ਗਿਆ। ਦੂਜਾ ਆਪਾਂ ਸੋਲਵ ਕਰਦੇ ਹਾਂ, ਦੂਜਾ ਟਾਈਮ T2 ਕਿੰਨਾ ਆ ਜਾਣਾ ਆਪਣਾ, ਇੱਥੇ ਆਪਣੀ ਡਿਸਟੈਂਸ ਹੈਗਾ 60 ਅਤੇ ਸਪੀਡ ਹੈਗੀ ਹੈ 40। ਦੇਅਰਫੋਰ ਡਿਸਟੈਂਸ, ਡਿਸਟੈਂਸ ਓਵਰ ਸਪੀਡ ਮਤਲਬ ਕੀ ਆ, 60/40 ਇਹ ਕਿੰਨਾ ਆ ਜਾਣਾ, 3/2, ਠੀਕ ਹੈ। ਇੱਕ ਡਿਸਟੈਂਸ ਆ ਗਿਆ ਆਪਾਂ ਕੋਲ, ਟੋਟਲ ਡਿਸਟੈਂਸ ਫਿਰ ਕਿੰਨਾ ਹੋ ਗਿਆ, ਇੱਕ ਸੀਗਾ 2/3 ਹੈ ਨਾ, ਇੱਕ ਸੀਗਾ ਆਪਾਂ ਕੋਲ 2/3 ਅਤੇ ਦੂਜਾ ਕੀ ਸੀ 3/2। ਹੁਣ ਐਲਸੀਅਮ ਲੈ ਕੇ ਜਦੋਂ ਆਪਾਂ ਇਹਨੂੰ ਸੋਲਵ ਕਰਾਂਗੇ, ਇਹ ਆਪਾਂ ਕੋਲ ਕੀ ਆ ਜਾਣਾ, ਇੱਥੇ ਆ ਜਾਣਾ 4+9/6, ਦੇਅਰਫੋਰ ਇਹ ਕਿੰਨਾ ਆ ਗਿਆ, 13/6। ਇੱਥੇ ਆਪਾਂ ਪੁੱਟ ਕਰਾਂਗੇ ਟੋਟਲ ਡਿਸਟੈਂਸ ਓਵਰ ਟੋਟਲ ਟਾਈਮ ਦੇ ਵਿੱਚ, ਠੀਕ ਆ। ਆਹ ਵਾਲੀ ਚੀਜ਼ ਦੇ ਵਿੱਚ ਕੀ ਆਪਾਂ ਸਬਸਟੀਟਿਊਟ ਕਰਾਂਗੇ ਇਸ ਫਾਰਮੂਲੇ ਦੇ ਵਿੱਚ। ਹੁਣ ਇੱਥੇ ਟੋਟਲ ਡਿਸਟੈਂਸ ਤਾਂ ਆਪਣਾ ਸੀਗਾ 100 ਕਿਲੋਮੀਟਰ, ਟਾਈਮ ਕਿੰਨਾ ਗਿਆ 13/6, 13 ਇੱਥੇ ਰਹਿ ਗਿਆ, 6 ਮਲਟੀਪਲਾਈ ਹੋ ਕੇ ਉੱਪਰ ਚਲੇ ਗਿਆ, ਦੇਅਰਫੋਰ ਇਹ ਕਿੰਨਾ ਆ ਗਿਆ 600/13। ਇੱਥੇ ਵੀ ਆਪਾਂ ਛੱਡ ਸਕਦੇ ਹਾਂ, ਬਟ ਕੀ ਆ 600/13 ਨੂੰ ਆਪਾਂ ਕੀ ਆ ਮਿਕਸਡ ਫਰੈਕਸ਼ਨ 'ਚ, ਇਹ ਆ ਜਾਣਾ 13/4 = 52 ਐਂਡ ਰਿਮੈਂਡਰ ਬਚਿਆ 6, ਫਿਰ ਸੋਰੀ 8 ਬਚਿਆ, ਫਿਰ 80 ਆ ਗਿਆ ਅਤੇ 13/6 = 78 ਐਂਡ 2/13 ਇਹ ਕੀ ਆਪਾਂ ਕੋਲ ਐਵਰੇਜ ਸਪੀਡ ਆ ਗਈ। ਇਸ ਤਰ੍ਹਾਂ ਨਾਲ ਵੀ ਆਪਾਂ ਕਰ ਸਕਦੇ ਹਾਂ, ਜਾਂ 16/13 ਅਕੋਰਡਿੰਗ ਟੂ ਆਪਸ਼ਨ ਆਪਾਂ ਤਾਂ ਕੱਢਾਂਗੇ, ਜੇ ਪੁਆਇੰਟਾਂ 'ਚ ਹੋਈ ਤਾਂ ਪੁਆਇੰਟਾਂ 'ਚ ਲਿਖਾਂਗੇ। ਨੈਕਸਟ, ਏ ਮੈਨ ਟਰੈਵਲਸ ਫਸਟ 50 ਕਿਲੋਮੀਟਰ ਐਟ 25 ਕਿਲੋਮੀਟਰ ਪਰ ਆਰ ਐਂਡ ਨੈਕਸਟ 40 ਕਿਲੋਮੀਟਰ ਪਰ ਆਰ 40 ਕਿਲੋਮੀਟਰ ਐਟ 20 ਕਿਲੋਮੀਟਰ ਪਰ ਆਰ ਐਂਡ ਦੈਨ 90 ਕਿਲੋਮੀਟਰ ਐਟ 15 ਕਿਲੋਮੀਟਰ ਪਰ ਆਰ ਹਿਜ਼ ਐਵਰੇਜ ਸਪੀਡ। ਮਤਲਬ ਉਹ ਕੀ ਆ, ਪਹਿਲਾਂ ਆਹ 50 ਕਿਲੋਮੀਟਰ ਜਿਹੜੇ ਆ ਉਹ ਕੀ ਆ 25 ਦੀ ਸਪੀਡ ਦੇ ਨਾਲ ਕਰਦਾ, 25 ਕਿਲੋਮੀਟਰ ਦੀ ਸਪੀਡ ਦੇ ਪ੍ਰਤੀ ਘੰਟਾ ਦੀ ਸਪੀਡ ਦੇ ਨਾਲ ਕਰਦਾ, ਅਤੇ ਜਿਹੜੇ ਨੈਕਸਟ 40 ਕਿਲੋਮੀਟਰ ਆ ਇਹ ਕਾਹਦੀ ਕਿੰਨੀ ਸਪੀਡ ਦੇ ਨਾਲ ਕਰਦਾ, 20 ਦੀ, ਅਤੇ ਨੈਕਸਟ ਜਿਹੜਾ 90 ਕਿਲੋਮੀਟਰ ਆ ਇਹ ਕੀ ਆ 15 ਦੀ ਸਪੀਡ ਦੇ ਨਾਲ ਕਰਦਾ, ਠੀਕ ਹੈ। ਇੱਥੇ ਐੱਸ ਲਿਖ ਦਿਓ ਸਪੀਡ ਆ, ਇਹ ਆ ਵੀ ਐੱਸ ਸਪੀਡ ਆ। ਦੇਅਰਫੋਰ ਆਪਾਂ ਨੂੰ ਹੋਲ ਜਰਨੀ ਦਾ ਉਹ ਪੁੱਛਿਆ ਹੈ ਕਿ ਟੋਟਲ ਟਾਈਮ ਕਿੰਨਾ ਉਹ ਲਗਾਉਂਦਾ।
ਜੇਕਰ ਦੇਖਿਆ ਜਾਵੇ ਪਹਿਲਾਂ ਉਹ 50 ਕਿਲੋਮੀਟਰ 25 ਦੀ ਸਪੀਡ ਦੇ ਨਾਲ ਚੱਲ ਰਿਹਾ, ਫਿਰ 40 ਕਿਲੋਮੀਟਰ 20 ਦੀ ਸਪੀਡ ਨਾਲ ਚੱਲ ਰਿਹਾ ਅਤੇ ਅੱਗੇ 90 ਕਿਲੋਮੀਟਰ 15 ਦੀ ਸਪੀਡ ਨਾਲ ਚੱਲਦਾ। ਇੱਥੇ ਵੀ ਆਪਾਂ ਲਾਵਾਂਗੇ ਐਵਰੇਜ ਸਪੀਡ ਇਜ਼ ਇਕੁਅਲ ਟੂ ਡਿਸਟੈਂਸ ਓਵਰ ਟੋਟਲ ਡਿਸਟੈਂਸ ਓਵਰ ਟੋਟਲ ਟਾਈਮ। ਟੋਟਲ ਡਿਸਟੈਂਸ ਕਿੰਨਾ ਹੋ ਗਿਆ? 50 ਪਲੱਸ 40 90, 90 ਪਲੱਸ 90 180। ਟੋਟਲ ਟਾਈਮ ਕਿੱਦਾਂ ਕੱਢਾਂਗੇ? ਇੱਥੇ ਆਪਾਂ ਕੋਲ ਇੱਕ ਦਿੱਤਾ ਡਿਸਟੈਂਸ ਅਤੇ ਦੂਜੀ ਦਿੱਤੀ ਹੈ ਸਪੀਡ। ਟਾਈਮ ਕਿੱਦਾਂ ਕੱਢਾਂਗੇ? ਡਿਸਟੈਂਸ ਓਵਰ ਸਪੀਡ। ਡਿਸਟੈਂਸ ਨੂੰ ਸਪੀਡ ਦੇ ਨਾਲ ਡਿਵਾਈਡ ਕਰ ਦੇਵਾਂਗੇ। ਦੇਅਰਫੋਰ 25 ਨੂੰ ਜੇ ਮੈਂ 5 'ਤੇ ਡਿਵਾਈਡ ਕਰਾਂ, ਮੇਰੇ ਤੋਂ ਕੀ ਆਉਣਾ? 2। ਇੱਥੇ ਬਚਿਆ 2 ਆਵਰਸ, ਅਤੇ ਇੱਥੇ 40 ਨੂੰ 20 ਨਾਲ ਕੀਤਾ, ਇੱਥੇ ਵੀ 2 ਬਚਿਆ, ਅਤੇ 90 ਨੂੰ 50 ਨਾਲ ਕੀਤਾ 6। ਠੀਕ ਹੈ, ਅਤੇ ਇਹ ਕਿੰਨਾ ਆਉਣਾ? 6 7 8 9 10। ਟੋਟਲ ਕੀ ਹੈ? 10 ਆਵਰ ਆਇਆ, 0 ਨਾਲ 0 ਕੱਟ ਗਈ, ਅਤੇ ਇਹ ਕੀ ਮੇਰੇ ਤੋਂ ਬਚਿਆ? 18 ਕਿਲੋਮੀਟਰ ਪਰ ਆਵਰ। ਠੀਕ ਆ, ਸਿਮੀਲਰ ਸਮ ਆਪਾਂ ਕਰ ਚੁੱਕੇ ਆਲਰੇਡੀ ਇਹਦੇ ਨਾਲ ਦਾ। ਨੈਕਸਟ, ਏ ਮੈਨ ਟਰੈਵਲ ਫਰੋਮ ਪਲੇਸ ਏ ਟੂ ਬੀ ਐਟ 20 ਕਿਲੋਮੀਟਰ ਪਰ ਆਰ। ਏ ਤੋਂ ਬੀ ਜਾਂਦਾ ਉਹ 20 ਕਿਲੋਮੀਟਰ ਪਰ ਆਰ ਦੀ ਸਪੀਡ 'ਤੇ। ਠੀਕ ਹੈ, 20 ਕਿਲੋਮੀਟਰ ਪਰ ਆਵਰ ਦੀ ਸਪੀਡ ਹੁੰਦੀ ਹੈ, ਅਤੇ ਉਹ ਬੀ ਤੋਂ ਏ ਕੀ ਆ ਵਾਪਸ ਆਉਂਦਾ ਐਟ ਦਾ ਸਪੀਡ ਆਫ 30 ਕਿਲੋਮੀਟਰ ਪਰ ਆਵਰ। ਐਂਡ ਅਗੇਨ ਹੀ ਟਰੈਵਲ ਟੂ, ਫਿਰ ਉਹ ਦੁਬਾਰਾ ਕੀ ਆ ਏ ਤੋਂ ਬੀ ਜਾਂਦਾ ਐਟ ਦਾ ਸਪੀਡ ਆਫ 60 ਕਿਲੋਮੀਟਰ ਪਰ ਆਵਰ। ਹੁਣ ਦੇਖੋ ਇੱਥੇ 3 ਹੋ ਗਈਆਂ, 3 ਵਾਰੀ ਹੋ ਗਿਆ, ਅਤੇ ਐਵਰੇਜ ਸਪੀਡ ਹੀ ਫਾਇੰਡ ਆਊਟ ਕਰਨ ਨੂੰ ਕਿਹਾ। ਇੱਥੇ ਆਪਾਂ ਤੋਂ ਕੀ ਆ 3 ਜਰਨੀਜ਼ ਹੋ ਗਈਆਂ ਇੱਕ ਤਰ੍ਹਾਂ ਨਾਲ, ਡਿਸਟੈਂਸ ਕੋਂਸਟੈਂਟ ਹੈ ਇੱਥੇ ਜੇ ਦੇਖਿਆ ਜਾਵੇ, ਬਟ 3 ਵਾਰੀ ਟਰੈਵਲ ਕਰ ਰਿਹਾ ਉਹ। ਪਹਿਲਾਂ ਏ ਟੂ ਬੀ ਗਿਆ ਉਹ, ਠੀਕ ਆ। ਜੇਕਰ ਦੇਖੋ ਪਹਿਲਾਂ ਉਹ ਕੀ ਆ ਏ ਟੂ ਬੀ ਗਿਆ, ਉਹਦੀ ਸਪੀਡ ਸੀਗੀ 20 ਕਿਲੋਮੀਟਰ ਪਰ ਆਰ, ਫਿਰ ਉਹ 30 ਕਿਲੋਮੀਟਰ ਦੇ ਨਾਲ ਕੀ ਆ ਵਾਪਸ ਆਇਆ। ਠੀਕ ਆ, ਅਤੇ ਉਹ ਅਗੇਨ ਫਿਰ ਕੀ ਆ, ਅਗੇਨ ਫਿਰ ਉਹ ਕੀ ਆ, ਜੇਕਰ ਮੈਂ ਦੇਖਾਂ ਟਰੈਵਲ ਕਰ ਰਿਹਾ ਉਹ 60 ਕਿਲੋਮੀਟਰ ਨਾਲ, ਫਿਰ ਅਗੇਨ ਕੀ ਉਹ ਟਰੈਵਲ ਕਰ ਰਿਹਾ। ਠੀਕ ਆ, ਪਹਿਲਾਂ ਉਹ ਗਿਆ, ਫਿਰ ਵਾਪਸ ਆਇਆ, ਐਂਡ ਫਿਰ ਗਿਆ। ਹੁਣ ਜਦੋਂ ਇੱਦਾਂ ਦਾ ਸਮ ਹੋ ਜਾਵੇ, ਦੇਅਰਫੋਰ ਆਪਾਂ ਇੱਥੇ ਕੀ ਆ ਹੁਣ ਇੱਕ ਤਰ੍ਹਾਂ ਨਾਲ ਆਪਾਂ ਨੂੰ ਡਿਸਟੈਂਸ ਕਿੱਦਾਂ ਫਾਇੰਡ ਆਊਟ ਕਰਨਾ, ਕੱਢਣੀ ਤਾਂ ਆਪਾਂ ਐਵਰੇਜ ਸਪੀਡ ਹੀ ਆ, ਅਤੇ ਇੱਦਾਂ ਦੇ ਸਮ ਨੂੰ ਆਪਾਂ ਕਿਸ ਤਰ੍ਹਾਂ ਕਰਨਾ ਆ। ਹੁਣ ਦੇਖੋ, ਇੱਕ ਸੀਗੀ ਮੇਰੇ ਤੋਂ 20 ਦੀ ਸਪੀਡ, ਫਿਰ ਉਹ 30 ਦੀ ਸਪੀਡ ਨਾਲ ਵਾਪਸ ਆਉਂਦਾ, ਫਿਰ 60 ਦੀ ਸਪੀਡ ਦੇ ਨਾਲ ਵਾਪਸ ਜਾਂਦਾ। ਹੁਣ ਇੱਥੇ ਮੈਂ ਕੀ ਇੱਕ ਤਰ੍ਹਾਂ ਇਹਦੀ ਐਵਰੇਜ ਕੱਢਣੀ ਆ ਕਿ ਉਹ ਐਵਰੇਜ ਸਪੀਡ ਉਹਦੀ ਕਿੰਨੀ ਕੁ ਹੋਊਗੀ। ਠੀਕ ਆ, ਦੇਅਰਫੋਰ ਮੈਂ ਕੀ ਕਰਦਾ, ਪਹਿਲਾਂ ਮੈਂ ਟਾਈਮ ਕੱਢਦਾ। ਠੀਕ ਆ, ਟਾਈਮ ਕਿੰਨਾ ਲੱਗਾ, ਮਤਲਬ ਇੱਕ ਤਰ੍ਹਾਂ ਇੱਥੇ ਮੈਨੂੰ ਹੁਣ ਕੁਝ ਵੀ ਨਹੀਂ ਦਿੱਤਾ ਕਿ ਕਿੰਨੇ ਟਾਈਮ 'ਚ ਉਹ ਕਵਰ ਕਰ ਰਿਹਾ। ਦੇਅਰਫੋਰ ਮੈਂ ਇਹਨੂੰ ਮੰਨ ਲੈਂਦਾ ਕਿ ਇਹਦਾ ਐਲਸੀਅਮ ਲੈ ਲੈਂਦਾ। ਐਲਸੀਅਮ ਕੀ ਹੋਊਗਾ? 20 ਤੀਹ 60 ਦਾ, 60 ਹੀ ਹੋਊਗਾ। ਠੀਕ ਆ, 60 ਦਾ ਐਲਸੀਅਮ ਆ ਗਿਆ। ਹੁਣ ਇੱਥੇ ਕੀ ਆ, ਇਹਨੂੰ ਕਰਨ ਦਾ ਤਰੀਕਾ ਕੀ ਆ, 20 ਨੂੰ 60 ਨਾਲ ਡਿਵਾਈਡ ਕੀਤਾ 3 ਆ ਗਿਆ, 30 ਨੂੰ 60 ਨਾਲ ਡਿਵਾਈਡ ਕੀਤਾ 2 ਆ ਗਿਆ, 60 ਨੂੰ 60 ਨਾਲ ਡਿਵਾਈਡ ਕੀਤਾ 1 ਆ ਗਿਆ। ਇਹ ਜਿਹੜਾ ਆਪਾਂ ਕੋਈ ਚੀਜ਼ ਆਈ, ਇਹ ਟਾਈਮ ਆਇਆ। ਠੀਕ ਆ, ਕਹਿਣ ਦਾ ਮਤਲਬ ਕੀ ਆ, ਜੇਕਰ ਉਹ ਕੀ ਆ 20 ਕਿਲੋਮੀਟਰ ਪਰ ਆਵਰ ਦੀ ਸਪੀਡ ਦੇ ਨਾਲ ਕੀ ਆ 60 ਕਿਲੋਮੀਟਰ ਤੈਅ ਕਰਦਾ, ਤਾਂ ਉਹਨੂੰ 3 ਘੰਟੇ ਲੱਗੂਗੇ। ਜੇਕਰ ਉਹ 30 ਕਿਲੋਮੀਟਰ ਪ੍ਰਤੀ ਘੰਟੇ ਦੇ ਨਾਲ 60 ਕਿਲੋਮੀਟਰ ਕਰਦਾ, ਉਹਨੂੰ 2 ਆਵਰ ਲੱਗੂਗੇ, ਅਤੇ 60 ਕਿਲੋਮੀਟਰ ਡਿਸਟੈਂਸ ਨੂੰ 60 ਕਿਲੋਮੀਟਰ ਪ੍ਰਤੀ ਆਵਰ ਨਾਲ ਲੱਗਦਾ, ਦੈਨ ਓਬਵੀਅਸਲੀ ਕੀ ਆ 1 ਲੱਗੂਗਾ। ਦੇਅਰਫੋਰ ਹੁਣ ਇੱਥੇ ਦੇਖੋ ਉਹਨੇ ਟਰੈਵਲ ਕੀ ਕਰਨਾ, ਜੇਕਰ ਦੇਖਿਆ ਜਾਵੇ
ਠੀਕ ਹੈ। ਮੈਂ ਟੋਟਲ ਜੇਕਰ ਡਿਸਟੈਂਸ ਦੀ ਗੱਲ ਕਰਾਂ, ਹੁਣ ਦੇਖੋ ਇਹ 60 ਕਿਲੋਮੀਟਰ ਤਾਂ ਇਹਨਾਂ ਦੀ ਐਵਰੇਜ ਸੀ ਅਤੇ 3 ਜਣੇ ਕਰ ਰਹੇ ਆ, ਮੰਨ ਲਓ ਕਿ 3 ਜਣੇ ਕਰ ਰਹੇ, ਦੇਅਰਫੋਰ ਇਹ ਕੀ ਆ ਗਿਆ 60 × 3, ਠੀਕ ਆ, ਅਲੱਗ ਅਲੱਗ ਡਿਸਟੈਂਸ ਕਰ ਰਹੇ ਅਤੇ ਇਹ ਟੋਟਲ ਟਾਈਮ ਕਿੰਨਾ ਲੱਗ ਰਿਹਾ ਆ, 3, 4, 5 ਅਤੇ 6, ਠੀਕ ਹੈ, 6 × 10 = 60, ਦੇਅਰਫੋਰ ਟੋਟਲ ਆ ਗਿਆ 30 ਕਿਲੋਮੀਟਰ ਪਰ ਆਰ, ਠੀਕ ਹੈ। ਇਸ ਤਰ੍ਹਾਂ ਦੇ ਨਾਲ ਆਪਾਂ ਨੈਕਸਟ ਕਲਾਸ 'ਚ ਇਹ ਵੀ ਦੇਖਾਂਗੇ, ਮਤਲਬ ਹੋਰ ਇਸ ਤਰ੍ਹਾਂ ਦੇ ਕਿ ਆਪਾਂ ਸਮ ਜ਼ਰੂਰ ਦੇਖਾਂਗੇ ਜਿਹਦੇ ਨਾਲ ਕਿ ਆਪਣੇ ਇੱਕ ਤਰ੍ਹਾਂ ਰਿਵੀਜ਼ਨ ਹੋ ਸਕੇ। ਨੈਕਸਟ ਚੱਲਦੇ ਹਾਂ, ਕਹਿੰਦੇ ਬੋਏ ਟਰੈਵਲਿੰਗ ਫਰੋਮ ਪਲੇਸ ਏ ਟੂ ਬੀ ਐਟ ਦਾ ਸਪੀਡ ਆਫ 20 ਕਿਲੋਮੀਟਰ ਪਰ ਆਰ ਐਂਡ ਅਗੇਨ ਟਰੈਵਲ ਬੀ ਟੂ ਏ 30 ਕਿਲੋਮੀਟਰ ਐਵਰੇਜ ਸਪੀਡ। ਉਹੀ ਇਹਦੇ ਵਿੱਚ ਵੀ ਸੇਮ ਫਾਰਮੂਲਾ ਲੱਗ ਜਾਣਾ ਐਵਰੇਜ ਸਪੀਡ ਦਾ, ਕਿਉਂਕਿ ਡਿਸਟੈਂਸ ਕੋਂਸਟੈਂਟ ਹੈ ਨਾ, ਦੇਅਰਫੋਰ ਐਵਰੇਜ ਸਪੀਡ ਕਿੰਨੀ ਆ ਜਾਣੀ 2 × 20 × 30/50, 0 × 0 = 5, 4 = 12, ਦੇਅਰਫੋਰ ਇਹ ਕਿੰਨਾ ਆ ਜਾਣਾ 4 × 8 = 24 ਕਿਲੋਮੀਟਰ ਪਰ ਆਰ। ਸੋ ਦਿਸ ਇਜ਼ ਆਲ ਅਪ ਫੋਰ ਟੂਡੇ, ਥੈਂਕਸ ਫੋਰ ਵਾਚਿੰਗ। ਆਪਾਂ ਨੈਕਸਟ ਕਲਾਸ ਦੇ ਵਿੱਚ ਕੀ ਆ ਜੋ ਐਵਰੇਜ ਦੀਆਂ ਰਿਮੇਨਿੰਗ ਟਾਈਪਸ ਹੋ ਗਈਆਂ, ਅਤੇ ਆਪਾਂ ਨੈਕਸਟ ਦੇ ਵਿੱਚ ਕਵਰ ਕੀ ਕਰਾਂਗੇ, ਮੇਨ ਰੈਲੇਟਿਵ ਸਪੀਡ ਹੋ ਗਿਆ, ਠੀਕ ਆ, ਅਤੇ ਟ੍ਰੇਨ ਵਾਲੇ ਸਮਸ, ਜਾਂ ਰੈਲੇਟਿਵ ਸਪੀਡ ਕਰਾਂਗੇ ਅਤੇ ਟ੍ਰੇਨ ਵਾਲੇ ਸਮਸ ਕੀ ਆ ਆਪਾਂ ਲਾਸਟ ਦੇ ਉੱਤੇ ਕਰਾਂਗੇ ਕਵਰ, ਠੀਕ ਆ, ਜਿਹੜੇ ਕੀ ਆ ਇੰਪੋਰਟੈਂਟ ਹੁੰਦੇ ਆ, ਠੀਕ ਆ। ਰੈਲੇਟਿਵ ਸਪੀਡ ਆਪਾਂ ਪਹਿਲਾਂ ਕੀ ਆ ਅਗਲੇ ਸੈਸ਼ਨ ਦੇ ਵਿੱਚ ਕਰਾਂਗੇ। ਸੋ ਥੈਂਕਸ ਫੋਰ ਵਾਚਿੰਗ, ਪਲੀਜ਼ ਸਬਸਕ੍ਰਾਈਬ ਟੂ ਪਬਿਆਲ ਕਲਾਸਿਸ।